ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਅੱਜ ਸ਼ੰਭੂ ਦੇ ਵਿੱਚ ਲੱਗੇ ਹੋਏ ਇਸ ਮੋਰਚੇ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਾਰੇ ਹੀ ਪੰਜਾਬ ਨਾਲ ਪਿਆਰ ਰੱਖਣ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਭਰਾਵੋ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਦਬ ਸਹਿਤ ਬਾਜਾਂ ਵਾਲੇ ਪਾਤਸ਼ਾਹ ਦੀ ਬਖਸ਼ੀ ਫਤਿਹ ਬੁਲਾ ਕੇ ਆਪਣੇ ਵਿਚਾਰ ਸ਼ੁਰੂ ਕਰਦਾ ਹਾਂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਚੁਰਾਹੇ ਦੇ ਉੱਤੇ ਆ ਕੇ ਪੰਜਾਬ ਖੜੋ ਗਿਆ ਹੈ। ਇਸ ਚੁਰਾਹੇ ਤੋਂ ਚਾਰ ਰਸਤੇ ਨਿਕਲਦੇ ਨੇ, ਪਰ ਕਿਹੜੇ ਰਸਤੇ ਨੂੰ ਪੰਜਾਬ ਦੇ ਜਾਇਆਂ ਨੇ ਅਪਣਾਉਣਾ ਹੈ, ਇਹਦੀ ਦੁਬਿਧਾ ਹੱਲੇ ਤੱਕ ਬਣੀ ਹੋਈ ਹੈ। ਕਈ ਸਾਡੇ ਭਰਾ ਆਖਦੇ ਨੇ ਕਿ ਇਹਨਾਂ ਬਿੱਲਾਂ ਨੂੰ ਰੱਦ ਕਰਕੇ ਸਮੱਸਿਆ ਹੱਲ ਹੋ ਜਾਊਗੀ। ਕਈ ਆਖਦੇ ਨੇ ਕਿ ਇਹਦੇ ਵਿੱਚ ਕੇਵਲ ਇੰਨੀ ਗੱਲ ਲਿਖ ਦਿੱਤੀ ਜਾਵੇ ਕਿ ਪੰਜਾਬ ਦੇ ਵਿੱਚੋਂ MSP ਖਤਮ ਨਹੀਂ ਕੀਤੀ ਜਾਊਗੀ ਤਾਂ ਇਸ ਮਸਲੇ ਦਾ ਹੱਲ ਹੋ ਸਕਦਾ ਹੈ। ਕਈ ਆਖਦੇ ਨੇ ਜੇ ਇਹ ਗੱਲ ਲਿਖ ਦਿੱਤੀ ਜਾਵੇ ਕਿ MSP ਤੋਂ ਘੱਟ ਰੇਟ 'ਤੇ ਖਰੀਦ ਕਰਨ ਵਾਲੇ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਤਾਂ ਮੁਸੀਬਤ ਦਾ ਹੱਲ ਹੋ ਸਕਦਾ ਹੈ। ਪਰ ਨਹੀਂ ਭਰਾਵੋ, ਇਹ ਸਮੱਸਿਆ ਕੁਝ ਹੋਰ ਗੰਭੀਰ ਹੈ। ਗੰਭੀਰ ਕਿਵੇਂ ਹੈ? ਅੱਜ ਸਾਨੂੰ ਸੋਚਣ ਦੀ ਲੋੜ ਹੈ। ਸੋਚਣਾ ਇਹ ਪਵੇਗਾ ਕਿ ਕੀ ਅੱਜ ਕਿਸਾਨੀ ਬਿੱਲਾਂ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਸੰਤੁਸ਼ਟੀ ਵਾਲੇ ਸਨ? ਮੈਂ ਤੁਹਾਨੂੰ ਲੈ ਚੱਲਦਾ 1947 ਵਿੱਚ, ਜਦੋਂ 1947 ਦੇ ਵਿੱਚ ਇਸ ਦੇਸ਼ ਦੀ ਵੰਡ ਹੋਈ ਸੀ। ਇਸ ਦੇਸ਼ ਦੀ ਵੰਡ ਦੇ ਨਾਲ ਪੰਜਾਬ ਦੀ ਵੰਡ ਹੋਈ ਸੀ, ਪੰਜਾਬੀਆਂ ਦੀ ਵੰਡ ਹੋਈ ਸੀ। ਤੇ 47 ਦੀ ਵੰਡ ਤੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਅਨਾਜ ਮੰਗਾਉਣ ਲਈ ਇਹ ਦੇਸ਼ ਦੂਜਿਆਂ ਮੁਲਕਾਂ 'ਤੇ ਨਿਰਭਰ ਕਰਦਾ ਸੀ। ਤਾਂ 1967 ਦੀਆਂ ਅਖਬਾਰਾਂ ਚੁੱਕ ਕੇ ਦੇਖ ਲਓ, ਉਸ ਸਮੇਂ ਦੇ ਰੇਡੀਓ ਪ੍ਰੋਗਰਾਮ ਚੁੱਕ ਕੇ ਦੇਖ ਲਓ, ਇੱਕ ਗੱਲ ਉਹਨਾਂ ਚੈਨਲਾਂ 'ਤੇ ਵਾਰ ਵਾਰ ਦੁਹਰਾਈ ਜਾਂਦੀ ਸੀ ਕਿ ਜੇ ਪੰਜਾਬ ਦੀ ਧਰਤੀ ਨੂੰ, ਜੇ ਭਾਰਤ ਦੀ ਧਰਤੀ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬ ਦੇ ਜਾਇਆਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਨੇ, ਤਾਂ ਹੁਣ ਦੇਸ਼ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਜਾਇਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਣੀ ਜ਼ਮੀਨ ਦੇ ਉੱਤੇ ਝੋਨੇ ਦੀ ਖੇਤੀ ਕਰਕੇ ਹਰਾ ਇਨਕਲਾਬ ਲਿਆਵੇ ਤਾਂ ਜੋ ਇਸ ਦੇਸ਼ ਦੇ ਵਿੱਚ ਵਸ ਰਹੀ ਵਸੋ ਰਜਮੀ ਰੋਟੀ ਖਾ ਸਕੇ। ਅਸੀਂ ਪੰਜਾਬੀ ਕਦੇ ਇਸ ਦੇਸ਼ ਨੂੰ ਪਿੱਠ ਨਹੀਂ ਦਿਖਾਈ। ਜਦੋਂ ਸਿਰਾਂ ਦੀ ਲੋੜ ਪਈ, ਸਿਰ ਵਾਰਨੇ ਤੋਂ ਪਿੱਠ ਨਹੀਂ ਦਿਖਾਈ। ਜਦੋਂ ਹਰਾ ਇਨਕਲਾਬ ਲਿਆਉਣ ਦੀ ਗੱਲ ਕੀਤੀ ਗਈ, ਅਸੀਂ ਉਸ ਵਕਤ ਵੀ ਪਿੱਠ ਨਹੀਂ ਦਿਖਾਈ। ਪੰਜਾਬ ਦੀ ਧਰਤੀ 'ਤੇ ਹਰਾ ਇਨਕਲਾਬ ਆਇਆ, ਪਰ ਉਹਦਾ ਨੁਕਸਾਨ ਕੀ ਹੋਇਆ, ਇਹਦੇ 'ਤੇ ਚਰਚਾ ਅੱਜ ਸਾਨੂੰ ਕਰਨੀ ਬਣਦੀ ਹੈ। ਪਹਿਲਾਂ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖ ਲਓ, ਆਪਾਂ ਆਪਣੀ ਜ਼ਮੀਨ 'ਚ ਛੋਲਿਆਂ ਦੀ ਖੇਤੀ ਕਰਦੇ ਸੀ, ਆਪਾਂ ਕਪਾਹ ਦੀ ਖੇਤੀ ਕਰਦੇ ਸੀ, ਆਪਾਂ ਦਾਲਾਂ ਦੀ ਖੇਤੀ ਕਰਦੇ ਸੀ ਜਿਹੜੇ ਅਸੀਂ ਖਾਂਦੇ ਹੁੰਦੇ ਸੀ। ਪਰ ਅਸੀਂ ਉਹ ਸਾਰਾ ਕੁਝ ਬੰਦ ਕਰਕੇ ਜਦੋਂ ਝੋਨੇ ਦੀ ਖੇਤੀ ਸ਼ੁਰੂ ਕੀਤੀ ਤਾਂ ਉਹ ਝੋਨਾ ਇਸ ਧਰਤੀ ਦੀ ਰਵਾਇਤੀ ਫਸਲ ਨਹੀਂ ਸੀ। ਗੈਰ ਰਵਾਇਤੀ ਫਸਲ ਨੂੰ ਪੰਜਾਬ ਦੇ ਵਿੱਚ ਉਗਾਉਣ ਵਾਸਤੇ ਸਾਨੂੰ ਖਾਦਾਂ ਅਤੇ ਦਵਾਈਆਂ ਦਾ ਉਪਯੋਗ ਕਰਨਾ ਪਿਆ, ਵੱਡੀ ਮਾਤਰਾ 'ਚ ਰਸਾਇਣਕਾਂ ਦਾ ਉਪਯੋਗ ਕਰਨਾ ਪਿਆ। ਸਿੱਟਾ ਇਹ ਨਿਕਲਿਆ ਕਿ ਸਾਡੀ ਧਰਤੀ ਬੰਜਰ ਹੋਣ ਲੱਗ ਪਈ, ਸਾਡੀ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਘਟਣ ਲੱਗ ਪਈ, ਸਾਡੇ ਧਰਤੀ ਹੇਠਲੇ ਪਾਣੀ ਦਾ ਲੈਵਲ ਘਟਣ ਲੱਗ ਪਿਆ। ਅਤੇ ਸਾਨੂੰ ਆਰਥਿਕ ਮਾਰ ਮਾਰਨ ਵਾਸਤੇ ਕਿਹੜੀ ਬਿਉਂਤ ਕੜੀ ਗਈ? ਸਾਨੂੰ ਆਰਥਿਕ ਮਾਰ ਮਾਰਨ ਵਾਸਤੇ ਸਾਡੇ ਤੋਂ ਪਹਿਲਾਂ ਨਹਿਰੀ ਸਿੰਚਾਈ ਦਾ ਸਾਰਾ ਸਿਸਟਮ ਖੋਹ ਲਿਆ ਗਿਆ। ਪਹਿਲਾਂ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਪਿੰਡਾਂ ਦੇ ਵਿੱਚ ਸਿੰਚਾਈ ਨਹਿਰਾਂ ਅਤੇ ਸੂਇਆਂ ਦੇ ਨਾਲ ਹੁੰਦੀ ਸੀ, ਬੋਰ ਬਹੁਤ ਘੱਟ ਹੁੰਦੇ ਸੀ, ਤੁਸੀਂ ਪੰਜਾਬ ਦੇ ਵਿੱਚ ਜਾਣਦੇ ਹੋ। ਪਰ ਸਾਡੇ ਤੋਂ ਨਹਿਰੀ ਸਿੰਚਾਈ ਦਾ ਸਿਸਟਮ ਖੋਹ ਲਿਆ,
ਸਾਨੂੰ ਸਮਰਸੀਬਲ ਬੋਰ ਕਰਾਉਣ ਲਈ ਮਜਬੂਰ ਕਰ ਦਿੱਤਾ। ਇੱਕ ਪਾਸੇ ਅਸੀਂ ਰਸਾਇਣ ਸਿੱਟ ਸਿੱਟ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟਾਉਂਦੇ ਚਲੇ ਗਏ, ਦੂਜੇ ਪਾਸੇ ਅਸੀਂ ਹਰੇ ਇਨਕਲਾਬ ਦੇ ਪਿੱਛੇ ਲੱਗ ਕੇ ਆਪਣੇ ਧਰਤੀ ਦੇ ਪਾਣੀ ਨੂੰ ਵੀ ਘਟਾਉਂਦੇ ਚਲੇ ਗਏ। ਜਦੋਂ ਅਸੀਂ ਟੋਟਲੀ ਰਸਾਇਣਕਾਂ ਦੇ ਉੱਤੇ, ਖਾਦਾਂ ਤੇ ਦਵਾਈਆਂ ਦੇ ਉੱਤੇ ਨਿਰਭਰ ਕਰ ਗਏ ਕਿ ਬਿਨਾਂ ਦਵਾਈਆਂ ਤੋਂ ਸਾਡੀ ਖੇਤ ਦੇ ਵਿੱਚ ਕੋਈ ਫਸਲ ਨਹੀਂ ਹੋ ਸਕਦੀ, ਤਾਂ ਉਸ ਵੇਲੇ ਦਵਾਈਆਂ ਦੀ ਵੀ ਬਲੈਕ ਮਾਰਕੀਟਿੰਗ ਸ਼ੁਰੂ ਹੋ ਗਈ। ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਸਾਨੂੰ ਡਾਇਆ ਤੇ ਯੂਰੀਆ ਦਿੱਤਾ ਗਿਆ ਕਿ ਇਹ ਡਾਇਆ ਤੇ ਯੂਰੀਏ ਦਾ ਛਿੜਕਾਅ ਕਰਕੇ ਤੁਸੀਂ ਫਸਲ ਦੇ ਵਿੱਚੋਂ ਵਧੀਆ ਮੁਨਾਫਾ ਲੈ ਸਕਦੇ ਹੋ। ਜਦੋਂ ਅਸੀਂ ਡਾਏ ਤੇ ਯੂਰੀਏ ਦੇ ਉੱਤੇ ਨਿਰਭਰ ਕਰਨ ਲੱਗ ਪਏ, ਉਸ ਵੇਲੇ ਡਾਏ ਤੇ ਯੂਰੀਏ ਦੀ ਸ਼ੋਰਟੇਜ ਲਿਆ ਕੇ ਸਾਨੂੰ ਆਸੋ ਵਿੱਚ ਹੀ ਜੁੰਡੋ ਜੁੰਡੀ ਕਰਾਇਆ। ਹੁਣ ਤੁਸੀਂ ਡਾਏ ਤੇ ਯੂਰੀਏ ਦੇ ਬਦਲੇ ਲਾਈਨਾਂ 'ਚ ਲੱਗ ਕੇ ਆਪਣੇ ਹੀ ਭਰਾਵਾਂ ਦੇ ਨਾਲ ਲੜਦੇ ਭਿੜਦੇ ਹੋ ਕਿ ਮੈਨੂੰ ਬੋਰੇ ਘੱਟ ਮਿਲ ਰਹੇ ਆ, ਤੈਨੂੰ ਕਿਉਂ ਜ਼ਿਆਦਾ ਮਿਲ ਰਹੇ ਆ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਜਾਣਨ ਦੀ ਲੋੜ ਹੈ। ਫਿਰ ਇੱਕ ਹੱਲ ਕੱਢਿਆ ਇਸ ਸਮੇਂ ਦੀ ਹਕੂਮਤ ਨੇ, ਹੱਲ ਇਹ ਕੱਢਿਆ ਕਿ ਆਪਣੀਆਂ ਜ਼ਮੀਨਾਂ 'ਤੇ ਲੋਨ ਲੈ ਸਕਦੇ ਹੋ। ਜਦੋਂ ਬੇਰਵੈਤੀ ਫਸਲ ਉਗਾ ਕੇ ਪੰਜਾਬ ਦੀ ਧਰਤੀ 'ਤੇ ਅਸੀਂ ਜ਼ਮੀਨ ਦੀ ਉਪਜਾਊ ਸ਼ਕਤੀ ਘਟਾ ਬੈਠੇ, ਪਾਣੀ ਦਾ ਲੈਵਲ ਘਟਾ ਬੈਠੇ, ਫਿਰ ਅਸੀਂ ਨਸੇ ਪ੍ਰਾਈਵੇਟ ਬੈਂਕਾਂ ਵੱਲ ਅਤੇ ਬੈਂਕਾਂ ਦਾ ਸਿਸਟਮ ਦੇਖ ਲਓ। ਜਦੋਂ ਬੈਂਕਾਂ ਨੇ ਤੁਹਾਨੂੰ ਖੇਤੀਬਾੜੀ ਵਾਸਤੇ ਲੋਨ ਦਿੱਤਾ ਤਾਂ ਕਿਸੇ ਬੈਂਕ ਨੇ ਇਹ ਨਹੀਂ ਦੇਖਿਆ ਕਿ ਤੁਹਾਡੇ ਖੇਤ ਦੇ ਵਿੱਚੋਂ ਉਪਜ ਕਿੰਨੇ ਦੀ ਹੁੰਦੀ ਹੈ। ਤੁਹਾਡੇ ਖੇਤ ਦੀ ਉਪਜ ਦੇਖ ਕੇ ਤੁਹਾਨੂੰ ਲੋਨ ਨਹੀਂ ਦਿੱਤਾ ਗਿਆ, ਤੁਹਾਡੇ ਖੇਤ ਦੀ ਕੀਮਤ ਦੇਖ ਕੇ ਤੁਹਾਨੂੰ ਲੋਨ ਦਿੱਤਾ ਗਿਆ। ਇੱਥੋਂ ਇਹ ਸਿੱਧ ਹੋ ਜਾਂਦਾ ਹੈ ਕਿ ਪਹਿਲੇ ਦਿਨ ਹੀ ਤੈਅ ਹੋ ਗਿਆ ਸੀ ਕਿ ਜਿਹੜਾ ਲੋਨ, ਜਿਹੜੀ ਲਿਮਿਟ ਅੱਜ ਕਿਸਾਨ ਚੁੱਕ ਰਿਹਾ ਹੈ, ਇਹ ਉਪਜ ਦੇ ਵਿੱਚੋਂ ਨਹੀਂ ਮੋੜ ਸਕਦਾ। ਜੇ ਇਸਨੇ ਇਹ ਲਿਮਿਟ ਤੋਂ ਹੱਡ ਛਡਾਉਣੇ ਨੇ ਤਾਂ ਇਸ ਨੂੰ ਆਪਣੀ ਜ਼ਮੀਨ ਜਾਂ ਤਾਂ ਵੇਚਣੀ ਪਊਗੀ ਜਾਂ ਫਿਰ ਆਪਣੀ ਜ਼ਮੀਨ ਬੈਂਕ ਨੂੰ ਜ਼ਬਤ ਕਰਾਉਣੀ ਪਊਗੀ। ਗਲਤ ਲੋਨ ਸਿਸਟਮ ਨੇ, ਗਲਤ ਪਾਣੀ ਦੀ ਵੰਡ ਨੇ, ਗਲਤ ਰਸਾਇਣਕਾਂ ਦੀ ਵਰਤੋਂ ਨੇ ਸਾਨੂੰ ਉਸ ਕਿਨਾਰੇ 'ਤੇ ਖੜਾ ਕਰ ਦਿੱਤਾ ਜਿੱਥੇ ਪੰਜਾਬ ਦੇ ਕਿਸਾਨਾਂ ਕੋਲ ਹੋਰ ਕੋਈ ਰਸਤਾ ਨਹੀਂ ਰਹਿ ਗਿਆ ਸਿਵਾਏ ਸਲਫਾਸ ਖਾ ਕੇ ਆਪਣੀ ਜਾਨ ਖਤਮ ਕਰਨ ਦੇ ਅਤੇ ਆਪਣੇ ਗਲਾਂ 'ਚ ਰੱਸੇ ਪਾ ਕੇ ਖੁਦਕੁਸ਼ੀਆਂ ਕਰਨ ਦੇ। ਖੁਦਕੁਸ਼ੀਆਂ ਦੇ ਰਸਤੇ ਪਏ ਕਿਸਾਨਾਂ ਲਈ ਇੱਕੋ ਇੱਕ ਰਸਤਾ ਫਿਰ ਖੋਲ੍ਹਿਆ ਗਿਆ, ਉਹ ਕਿਹੜਾ ਸੀ? ਅੱਜ ਤੁਸੀਂ ਪੰਜਾਬ ਦੀਆਂ ਸਾਰੀਆਂ ਸਟੇਟਾਂ 'ਚ ਝਾਤ ਮਾਰ ਕੇ ਦੇਖ ਲਓ, ਸਭ ਤੋਂ ਵੱਧ ਜੇ ਆਈਲੈਟ ਦੇ ਕੋਚਿੰਗ ਸੈਂਟਰ ਚੱਲ ਰਹੇ ਨੇ ਤਾਂ ਸਿਰਫ ਪੰਜਾਬ 'ਚ ਚੱਲ ਰਹੇ ਨੇ। ਕਿਉਂ? ਕਿਉਂਕਿ ਜਾਣ ਬੁੱਝ ਕੇ ਤੁਹਾਡੇ ਅੱਗੇ ਸਾਰੇ ਰਸਤੇ ਬੰਦ ਕਰਕੇ ਇੱਕੋ ਹੀ ਰਸਤਾ ਖੋਲ੍ਹਿਆ ਗਿਆ ਕਿ ਜੇ ਜਾਨ ਬਚਾਉਣੀ ਹੈ, ਜੇ ਭਵਿੱਖ ਬਚਾਉਣਾ ਹੈ, ਜੇ ਨਸਲ ਬਚਾਉਣੀ ਹੈ, ਤਾਂ ਆਪਣੇ ਪੁੱਤਰਾਂ ਨੂੰ, ਆਪਣੇ ਪੋਤਰਿਆਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਭੇਜ ਦਿਓ। ਤੁਸੀਂ ਜ਼ਮੀਨਾਂ ਵੇਚ ਕੇ, ਜ਼ਮੀਨਾਂ 'ਤੇ ਕਰਜ਼ਾ ਚੁੱਕ ਕੇ ਆਪਣੇ ਪੁੱਤਰਾਂ ਨੂੰ, ਆਪਣੇ ਪੋਤਰਿਆਂ ਨੂੰ, ਆਪਣੇ ਭਤੀਜਿਆਂ ਨੂੰ ਪੰਜਾਬ ਤੋਂ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ, ਅਤੇ ਅੱਜ ਸਾਨੂੰ ਸੋਚਣਾ ਪਊਗਾ ਕਿ ਫਿਰ ਪੰਜਾਬ ਦੀ ਲੜਾਈ ਲੜੂਗਾ ਕੌਣ? ਜੇ ਪੰਜਾਬ ਦੇ ਜਾਇਆਂ ਨੇ ਪੰਜਾਬ ਛੱਡ ਕੇ ਕੈਨੇਡਾ ਅਤੇ ਅਮਰੀਕਾ ਦੀ ਧਰਤੀ ਦੇ ਉੱਤੇ ਕਮਾਈਆਂ ਕਰਕੇ ਆਪਣੇ ਆਪ ਨੂੰ ਆਪਣੇ ਗੁਰੂਆਂ ਦੀ ਧਰਤੀ ਦੇ ਨਾਲੋਂ ਤੋੜ ਲੈਣਾ ਹੈ, ਅਤੇ ਫਿਰ ਇਸ ਪੰਜਾਬ ਦੇ ਹੱਕਾਂ ਦੀ ਲੜਾਈ ਕੌਣ ਲੜੂਗਾ? ਸੋ ਇਸ ਕਰਕੇ ਭਰਾਵੋ, ਇਹ ਮਸਲਾ ਇਕੱਲਾ MSP ਦਾ ਨਹੀਂ। ਜੇ ਅੱਜ MSP ਮਿਲ ਵੀ ਜਾਵੇ, ਜੇ ਕਹਿ ਵੀ ਦਿੱਤਾ ਜਾਵੇ ਵੀ MSP ਜਿਹੜੀ ਹੈ ਉਹ ਪੱਕੇ ਤੌਰ 'ਤੇ ਲਾਗੂ ਰਹੂਗੀ, ਤਾਂ ਵੀ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ, ਕਿਉਂਕਿ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਹੈ, ਅਤੇ ਹੋਂਦ ਦੀ ਲੜਾਈ ਵਾਸਤੇ ਸਭ ਤੋਂ ਜ਼ਰੂਰੀ ਹੈ ਪੰਜਾਬ ਦੇ ਕਿਸਾਨਾਂ ਵਿੱਚ, ਪੰਜਾਬ ਦੇ ਬਛਿੰਦਿਆਂ ਵਿੱਚ ਪੰਜਾਬੀਅਤ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਨਾ। ਪੰਜਾਬੀਅਤ ਦੀ ਭਾਵਨਾ ਕਿਹੜੀ ਹੈ? ਦਿੱਲੀ ਦੇ ਤਖ਼ਤ ਅਤੇ ਕਾਬਲ ਦੇ ਤਖ਼ਤ ਦੇ ਵਿੱਚ ਇੱਕ ਤਖ਼ਤ ਐਸਾ ਸੀ ਜਿਹੜਾ ਹਰ ਮੁਸ਼ਕਲ ਸਮੇਂ 'ਚ ਅਡੋਲ ਰਿਹਾ ਹੈ, ਜਿਹਦੇ ਉੱਤੇ ਕਿਸੇ ਜੰਗ ਦਾ, ਕਿਸੇ ਬਿਪਤਾ ਦਾ ਕੋਈ ਅਸਰ ਨਹੀਂ ਪਿਆ। ਉਹ ਤਖ਼ਤ ਸੀ ਤੁਹਾਡਾ, ਅਤੇ ਤੁਹਾਡਾ ਤਖ਼ਤ ਸੀ ਤਖ਼ਤ ਲਾਹੌਰ ਦਾ, ਅਤੇ ਲਾਹੌਰ ਦੇ ਤਖ਼ਤ ਦੇ ਵਾਰਸਾਂ ਨੂੰ ਅੱਜ ਦਿੱਲੀ ਨੇ ਮੰਗਤੇ ਬਣਾ ਕੇ ਰੱਖ ਦਿੱਤਾ ਹੈ। ਬੇਸ਼ੱਕ ਸਾਨੂੰ ਅੱਜ ਇਸ ਗੱਲ ਦਾ ਗੁੱਸਾ ਲੱਗੇ, ਬੇਸ਼ੱਕ ਅਸੀਂ ਅੱਜ ਇਸ ਗੱਲ ਨੂੰ ਬੁਰਾ ਮਨਾਈਏ, ਪਰ ਆਪਣੀ ਔਕਾਤ ਮੰਗਤਿਆਂ ਤੋਂ ਵੱਧ ਕੁਝ ਨਹੀਂ। ਕਦੇ ਦਿੱਲੀ ਤੋਂ ਮੰਗਦੇ ਹਾਂ,
कदे पंजाब दी सरकार तो मंगदे हैं जिन्ना चिर पंजाब अपनी खुद मुख्तियारी दा हक नहीं ले लैंदा जिन्ना चिर अपने नसीबां दे फैसले पंजाब दे जाए आप नहीं करना शुरू कर दे उन्ना चिर साडियां समस्यावां दा हल नहीं हो सकता। तो स्पष्ट सुनेहा पंजाब दी धरती नूं पंजाब दे जायां नूं देना चाहुंदे हैं कि जे पंजाब बचाउणा है जे पंजाब दी होंद बचाउणी है जे पंजाबीयत बचाउणी है जे पंजाब दी बोली बचाउणी है जे पंजाब दी किसानी बचाउणी है तो अज सानू पंजाब दे लई उठ खड़ोना पवेगा। जे अज भी पंजाब दी खातर असी खड़े ना होए तो याद रखियो अज तां असी 1947 दीआं गल्लां करके अफसोस जता लैने आ अज असी 1984 दीआं गल्लां याद करके अफसोस जता लैने आ पर जिहड़ियां गलतियां अज कर लवांगे उहनां दा अफसोस जताउण वास्ते भविख दे विच सानू समां नहीं मिलेगा। सो अंत दे विच मैं सारियां संगतां नूं इक गल कहनी चाहुंदा है कि मोर्चे छोटे नहीं होया करदे मोर्चे लंबे होया करदे ने संघर्ष कदे भी सौखे नहीं होया करदे संघर्ष हमेशा औखे होया करदे ने। एक गल याद रखो जे अज एसी दे कमरियां दा सुख छड के मखमली सेजां दा सुख छड के तुसी शंभू दे लगे हुए मोर्चे दे उत्ते दिन रात पहरा दे रहे हो ये दिल चों गल कढ दिओ कि तुहाडे वलों इत्थे झले हुए दुख झलियां हुई मुश्किलों का पंजाब नूं फायदा नहीं होगा यकीनन फायदा होगा। पंजाब की अख अज शंभू मोर्चे ते लगी हुई है भावें मोर्चे पंजाब दे चप्पे चप्पे च लगे हुए ने पर सारियां दी अख शंभू मोर्चे ते इस करके लगी हुई है क्योंकि इस धरती तो मुड़ पंजाब दे सिर सरदारी आउण दी चिणग फुट रही है। इस धरती तो एक सुनेहा पंजाबियों नूं जा रहा है कि पंजाब दे सिरों लत्थी हुई पग मुड़ पंजाब दे सिर ते बन्नण दा मौका आ गया है वेला आ गया है ते इस वेले नूं भांफदे होए नौजवानां नूं एकत्र हो के लामबंद होना पऊगा अपने संघर्ष लई अगे हो के लड़ाई लड़नी पऊगी। सो मैं बहुत धन्नवादी हां भाई दीप सिद्धू हुणां दा इस मोर्चे दे प्रबंधकां दा और असीं अपने वलों इस गल दा ऐलान करदे हां कि जिन्ना समा मोर्चे दे प्रबंधक इस मोर्चे दे उत्ते डटे रहणगे असीं इन्हां दा पूरा समर्थन करांगे पंजाब दे कोने कोने तो नौजवानी भी लैके आवांगे संगतां भी लैके आवांगे पर गल प्रबंधकां दे उत्ते आके टुकदी है ते प्रबंधकां नूं बेनती है कि डोलियो ना तुहानूं डलाउण वास्ते वड्डियां साजिशां होणगियां तुहानूं डलाउण वास्ते बड़ियां नीतियां घड़ियां जाणगियां सरकारां तरह तरह के पैंतड़े अपनाउणगियां हो सकदा है इत्थे तशद्दद भी होवे हो सकदा है पाणी दीआं बशारां भी होण पर अज कोई भी तशद्दद इन्ना ज़्यादा खतरनाक नहीं जिन्ना खतरनाक एजेंडा दिल्ली तुहाडे पंजाब वास्ते घड़ी बैठी है। जे अज दिल्ली दे एजेंडे नूं ना रोकिया ते आउण वाले समें च ना तुहाडी फसल रहेगी ना तुहाडी नसल रहेगी फसलां ते नसलां दी लड़ाई है फसलां ते नसलां नूं बचाउण वास्ते जे तुसी तैयार हो तो एक जकारा छड्डांगा जकारे दा जवाब बड़ी चढ़दी कला नाल दे दिया जे तां जो मीडिया दे राहीं पंजाब नूं सुनेहा पहुँच जावे कि भावें शंभू मोर्चे दी लीडरशिप दे उत्ते तरह तरह दे इल्जाम लगाए जा रहे ने भावें शंभू मोर्चे दी लीडरशिप नूं कोई किसे धिर नाल जोड़ रहा है कोई किसे धिर नाल जोड़ रहा है पर यह मोर्चा किसे धिर दा मोर्चा नहीं ये पंजाब दा मोर्चा है पंजाबीयत दा मोर्चा है। बोले सो निहाल। सो बहुत बहुत धन्यवाद सारी संगत दा वाहिगुरु जी का खालसा वाहिगुरु जी की फतेह।